ਆ ਵੇਖੋ ਕਿਵੇਂ ਇਸ ਗਮਛੇ ਤੋਂ ਹੀ ਫੜ ਕੇ ਇਸ ਸਰਦਾਰ ਨੇ ਕਾਬੂ ਕੀਤਾ ਚੋਰ। ਤਾਂ ਦੱਸਦੇ ਕਿ ਸ਼ਰੇਆਮ ਇਸ ਦੇ ਵੱਲੋਂ ਪਾਈਪਾਂ ਦੀ ਚੋਰੀ ਕੀਤੀ ਜਾ ਰਹੀ ਸੀ ਤਾਂ ਭੱਜਦੇ ਨੂੰ ਗਮਛੇ ਤੋਂ ਹੀ ਫੜ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਤਾਂ ਦੱਸਦੇ ਕਿ ਸਰਦਾਰ ਕੱਲਾ ਹੀ ਚੋਰ ਨੂੰ ਪੈ ਗਿਆ ਸੀ ਜਦੋਂ ਇਹ ਭੱਜਣ ਦੀ ਕੋਸ਼ਿਸ਼ ਕਰਦਾ। ਤਾਂ ਦੱਸਦੇ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਪੋਸ਼ ਏਰੀਆ ਦੇ ਵਿੱਚ ਸ਼ਰੇਆਮ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਸੀ ਤਾਂ ਉੱਥੇ ਹੀ ਇਹ ਚੋਰ ਪਾਈਪਾਂ ਦੀ ਚੋਰੀ ਕਰ ਰਿਹਾ ਸੀ ਤਾਂ ਮੌਕੇ 'ਤੇ ਇਸ ਸਰਦਾਰ ਦੇ ਵੱਲੋਂ ਇਸ ਨੂੰ ਵੇਖ ਲਿਆ ਜਾਂਦਾ ਅਤੇ ਫਿਰ ਮੌਕੇ 'ਤੇ ਹੀ ਇਸ ਨੂੰ ਕਾਬੂ ਕਰ ਲਿਆ ਜਾਂਦਾ। ਤਾਂ ਮੌਕੇ ਦੀਆਂ ਤਸਵੀਰਾਂ ਨੇ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਸਰਦਾਰ ਇਸ ਨੂੰ ਗਮਛੇ ਤੋਂ ਹੀ ਫੜ ਕੇ ਸੜਕ 'ਤੇ ਘੜੀਸਦਾ ਹੋਇਆ ਨਜ਼ਰ ਆ ਰਿਹਾ। ਤਾਂ ਇਸ ਨੂੰ ਘੜੀਸਦਾ ਹੋਇਆ ਪੁਲਿਸ ਦੇ ਕੋਲ ਲੈ ਜਾਂਦਾ ਹੈ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਤਾਂ ਸਰਦਾਰ ਨੇ ਕਿਹਾ ਕਿ ਜਦ ਇਹ ਮੌਕੇ 'ਤੇ ਪਹੁੰਚਿਆ ਤਾਂ ਇਸ ਨੂੰ ਸ਼ਰੇਆਮ ਚੋਰੀ ਕਰਦੇ ਹੋਏ ਵੇਖਿਆ ਗਿਆ ਤਾਂ ਉਸਦੇ ਵੱਲੋਂ ਮੌਕੇ 'ਤੇ ਹੀ ਇਸ ਨੂੰ ਕਾਬੂ ਕਰ ਲਿਆ ਗਿਆ। ਤਾਂ ਲੋਕ ਵੀ ਕਾਫੀ ਇਕੱਠੇ ਹੋ ਜਾਂਦੇ ਆ ਜਦੋਂ ਸੜਕ 'ਤੇ ਸ਼ਰੇਆਮ ਇਸ ਚੋਰ ਨੂੰ ਘੜੀਸਦਾ ਹੋਇਆ ਇਹ ਸਰਦਾਰ ਲੈ ਕੇ ਜਾ ਰਿਹਾ ਹੁੰਦਾ। ਤਾਂ ਜਦ ਉਸਨੇ ਦੱਸਿਆ ਕਿ ਇਹ ਚੋਰੀ ਕਰ ਰਿਹਾ ਸੀ ਤਾਂ ਮੌਕੇ 'ਤੇ ਪੁਲਿਸ ਵੀ ਪਹੁੰਚ ਜਾਂਦੀ ਹੈ ਅਤੇ ਜਿਸ ਤੋਂ ਬਾਅਦ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਸਰ ਜੀ ਅਸੀਂ ਅੰਦਰ ਨਾ ਉੱਥੇ ਡਿਊਟੀ ਕਰਦੇ ਪਏ ਸੀ ICICI ਬੈਂਕ ਦੇ ਵਿੱਚ, ਠੀਕ ਹੈ ਜੀ। ਅੱਜ ਤਾਂ ਚਲੋ ਛੁੱਟੀ ਆ, ਠੀਕ ਹੈ ਜੀ। ਉਹ ਨਾਲ ਹੀ ਰਾਊਟਰ ਵਗੈਰਾ ਪਹਿਲਾਂ ਵੀ ਚੋਰੀ ਹੋ ਚੁੱਕੇ ਉੱਥੋਂ, ਠੀਕ ਹੈ ਜੀ। ਇਹਨੂੰ ਅੰਦਰੋਂ ਫੜਿਆ ਵਾ, ਇਹ ਕਹਿਣਾ ਮੈਂ ਬੋਤਲਾਂ ਚੋਰੀ ਕਰਨ ਡਿਆ, ਅੰਦਰੋਂ ਬੋਤਲਾਂ ਚੱਕਦਾ ਪਿਆ। ਬੋਤਲਾਂ ਅੰਦਰ ਕੀ, ਅੰਦਰ ਠੇਕਾ ਆ, ਅੰਦਰ ਕੀ, ਅੰਦਰ ਤੇ ਕੱਖ ਵੀ ਨਹੀਂ ਹੈਗਾ। ਅੰਦਰ ਆਮ ਬੰਦੇ ਜਾਣਾ ਸੌਖਾ ਹੈਗਾ? ਨਾ ਨਾ ਜੀ, ਨਾ ਨਾ ਨਾ, ਅੰਦਰ ਬਾਹਰ ਤਾਲਾ ਲੱਗਾ, ਕੈਮਰੇ ਲੱਗੇ ਆ, ਕਿਸੇ ਦਾ ਅੰਦਰ ਜਾਣਾ ਨਹੀਂ ਹੈਗਾ, ਅਲਾਊਡ ਨਹੀਂ ਹੈਗਾ। ਇਹ ਸਰ ਜੀ ਥੱਲੇ ਪੱਥਰ ਲੱਗਿਆ, ਪੱਥਰ ਪੁੱਥਰ ਪਰਾ ਕਰਕੇ ਥੱਲੇ ਉਹਦੀ ਅੰਦਰ ਐਂਟਰੀ ਕੀਤੀ ਇਹਨੇ। ਫਿਰ ਤੇ ਐ ਨਹੀਂ ਆਪਾਂ ਕਹਿੰਦੇ ਕਿ ਬੋਤਲਾਂ ਲੈਣ ਦੇ? ਨਹੀਂ 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 ਸਰ, ਅੰਦਰ ਬੋਤਲਾਂ ਵਾਲਾ ਕੋਈ ਮਾਹੌਲ ਹੀ ਨਹੀਂ ਹੈਗਾ। ਨਹੀਂ ਫਿਲਹਾਲ ਤੇ ਕੱਲਾ ਹੀ ਹੈ ਸਰ। ਪਹਿਲਾਂ ਕੋਈ ਚੋਰੀ ਦੀ ਘਟਨਾ ਵਾਪਰੀ ਹੈ? ਪਹਿਲਾਂ ਸਰ ਜੀ ਇਹਦਾ ਤੇ ਮੈਨੂੰ ਪਤਾ ਨਹੀਂ ਜੀ, ਪਹਿਲਾਂ 2-3 ਵਾਰੀ ਚੋਰੀ ਹੋ ਚੁੱਕੀ ਆ ਉੱਥੋਂ, ਰਾਊਟਰ ਦੀਆਂ ਪਾਈਪਾਂ ਵਗੈਰਾ ਚੋਰੀ ਹੋ ਚੁੱਕੀਆਂ। ਬੋਤਲਾਂ ਜਿਹੜੀਆਂ ਨੇ? ਨਹੀਂ ਬੋਤਲ ਬੋਤਲ ਅੰਦਰ ਸਰ ਕੋਈ ਨਹੀਂ ਹੈਗੀ, ਉਧਰ ਅਲਾਊਡ ਹੀ ਨਹੀਂ ਹੈਗਾ ਕਿਸੇ ਦਾ ਜਾਣਾ, ਬਾਹਰ ਦੇ ਬੰਦੇ ਦਾ ਅਲਾਊਡ ਨਹੀਂ ਹੈਗਾ ਜਾਣਾ। ਮੇਰੇ ਹਿਸਾਬ ਨਾਲ ਤਾਂ ਕਰਦਾ ਜੀ। ਹਾਂ ਜੀ ਹਾਂਜੀ, ਕੰਪਲੇਂਟ ਕੀਤੀ ਆ, ਸਰ ਹੁਣੀ ਵੀ ਲੱਗ ਗਈ ਆ, ਉਹਨਾਂ ਨੂੰ ਕੰਪਲੇਂਟ ਕੀਤੀ ਆ। ਉਦੋਂ ਨਹੀਂ ਸਰ ਜੀ ਕੁਛ ਨਹੀਂ ਬੋਲਣ ਡਿਆ, ਕੀਤਾ ਨਹੀਂ ਮਾਰੇ, ਕੁਛ ਨਹੀਂ ਕੀਤਾ, ਤੇਰਾ ਬੋਲਦਾ ਪਾਲਾ ਬੰਦਾ ਹੀ ਪਾਸ, ਮੈਨੂੰ ਕੀ ਪਤਾ ਉੱਥੇ ਚੋਰੀ ਹੋਈ, ਮੈਨੂੰ ਪਤਾ ਹੁੰਦਾ ਮੈਂ ਜਾਣਾ ਨਹੀਂ ਉੱਧਰ ਮਾਰਾ। ਨਸ਼ਾ ਕੋਈ ਨੀ ਕਰਦਾ, ਬੀੜੀ ਬੂੜੀ ਪੀਂਦੇ ਮਾਰਾ, ਨਹੀਂ ਰਗੜਾ ਰੁਗੜਾ ਪੀ ਲਈਦਾ। ਚੋਰ ਫੜ ਕੇ ਲਿਆਂਦਾ ਬੰਦਾ ਚੋਰੀ ਕਰਦਾ, ICICI ਬੈਂਕ ਵਾਲਿਆਂ ਨੇ, ਇੱਥੇ ਰੋਡ ਤੇ ਨਹੀਂ। ਹਾਂਜੀ ਉਹ ਬੰਦਾ ਹਵਾਲੇ ਕਰ ਦਿੱਤਾ, ਉਹ ਆਪਣਾ ਲੈ ਕੇ ਚੱਲੇ ਆਪਣਾ ਥਾਣੇ ਸਿਵਲ ਲਾਈਨ 'ਚ। ਹਾਂਜੀ ਉਹ ਕਹਿੰਦਾ ਪਾਈਪਾਂ ਚੋਰੀ ਕਰਨ ਡਿਆ ਸੀ, ਪਾਈਪਾਂ ਏਸੀ ਦੀਆਂ ਪਾਈਪਾਂ ਚੋਰੀ ਕਰ, ਉਹ ਕਹਿਣ ਡਿਆ ਸੀ ਉਹਨਾਂ ਫੜ ਕੇ ਲਿਆਂਦਾ ਵਾ ਉਹਨਾਂ ਦੇ ਵੱਲ, ਹਾਂਜੀ ਥਾਣੇ ਭੇਜ ਦਿੱਤਾ।